ਪੰਜਾਬ ਦੇ ਸਿੱਖਿਆ ਮੰਤਰੀ ਅਤੇ ਵਾਤਾਵਰਣ ਮੰਤਰੀ ਅੰਮ੍ਰਿਤਸਰ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਵਸ ਮੌਕੇ ਅੰਮ੍ਰਿਤਸਰ ਦੇ ਮਾਲ ਰੋਡ 'ਤੇ ਪਹੁੰਚੇ। ਇਸ ਸੰਬੰਧੀ ਉਹਨਾਂ ਕਿਹਾ ਕਿ ਅੱਜ ਦੇ ਦਿਨ ਨੂੰ ਚਿਲਡਰਨਸ ਡੇ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਸਿੱਖਿਆ ਨੂੰ ਉੱਚਾ ਚੁੱਕਣ ਲਈ ਬਿਹਤਰ ਕਦਮ ਉਠਾ ਰਹੇ ਹਾਂ। ਸਾਰੇ ਹਿੰਦੁਸਤਾਨ ਵੱਲੋਂ ਅੱਜ ਬੜਾ ਇਤਿਹਾਸਿਕ ਦਿਨ ਚਿਲਡਰਨ ਡੇ, ਜੋ ਕਿ ਸਾਡੇ ਹਿੰਦੁਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ 14 ਨਵੰਬਰ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਸੋ ਇਹ ਚਿਲਡਰਨ ਡੇ ਵਜੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ। ਸੋ ਅੱਜ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਚਿਲਡਰਨ ਡੇ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ। ਸੋ ਮੇਰਾ ਮਾਲ ਰੋਡ 'ਤੇ ਜਿਹੜਾ ਇਹ ਫੰਕਸ਼ਨ ਆ, ਪਹਿਲੋਂ ਅਸੀਂ ਪ੍ਰਾਇਮਰੀ ਛੋਟੇ ਬੱਚੇ ਜਿਹੜੇ ਪ੍ਰੀ ਨਰਸਰੀ ਦੇ ਬੱਚੇ, ਜਿਹੜੀ ਅਸੀਂ ਪਿਛਲੇ ਸਾਲ 14 ਨਵੰਬਰ ਨੂੰ CM ਸਾਹਿਬ ਦੀ ਸੋਚ ਸੀ ਕਿ ਸਾਡੇ ਛੋਟੇ ਬੱਚੇ ਜਿਹੜੇ ਨੇ ਪ੍ਰੀ ਪ੍ਰਾਇਮਰੀ ਦੇ ਬੱਚੇ ਜਿਹੜੇ ਨੇ ਉਹ ਕਲਾਸਾਂ ਸਟਾਰਟ ਕੀਤੀਆਂ ਸੀ ਪਿਛਲੇ ਸਾਲ ਤੋਂ। ਸੋ ਇੱਕ ਸਾਲ ਹੋ ਗਿਆ। ਸੋ ਅੱਜ ਅਸੀਂ ਪ੍ਰੀ ਪ੍ਰਾਇਮਰੀ ਦੇ ਜਿਹੜੇ ਸਾਡੇ ਛੋਟੇ ਬੱਚੇ ਨੇ ਉਹਨਾਂ ਨਾਲ ਸੈਲੀਬ੍ਰੇਟ ਕੀਤਾ ਇਹ ਚਿਲਡਰਨ ਡੇ। ਮੈਂ ਪਹਿਲਾਂ ਉੱਥੋਂ ਆਇਆ, ਫਿਰ ਅੱਜ ਇੱਥੇ ਫੰਕਸ਼ਨ ਸੀਗਾ ਮਾਲ ਰੋਡ ਦੇ ਸਕੂਲ 'ਚ। ਸੋ ਮੈਂ ਸਮਝਦਾ ਸਾਨੂੰ ਜਿਹੜੇ ਸਾਡੇ ਮਹਾਨ ਲੀਡਰ ਨੇ ਉਹਨਾਂ ਦੀਆਂ ਹਮੇਸ਼ਾ ਜਿਹੜੇ ਫੰਕਸ਼ਨ ਨੇ ਉਹ ਸੈਲੀਬ੍ਰੇਟ ਕਰਨੇ ਚਾਹੀਦੇ ਨੇ। ਤੁਹਾਨੂੰ ਪਤਾ ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਉਹ ਬੱਚਿਆਂ ਨਾਲ ਪਿਆਰ ਕਰਦੇ ਸੀ। ਸੋ ਉਹਨਾਂ ਦਾ ਬੱਚਿਆਂ ਨਾਲ ਇੰਨਾ ਪਿਆਰ ਸੀ ਕਿ ਉਹ ਆਪਣਾ ਜਨਮਦਿਨ ਬੱਚਿਆਂ 'ਚ ਜਾ ਕੇ ਮਨਾਉਂਦੇ ਸੀ। ਸੋ ਬੱਚਿਆਂ ਨੂੰ ਇਹੋ ਹੀ ਪ੍ਰੇਰਨਾ ਦਿੰਦੇ ਸੀ ਕਿ ਛੋਟੇ ਲੈਵਲ ਤੋਂ ਛੋਟੀ ਜਨਰੇਸ਼ਨ ਤੋਂ ਬੱਚੇ ਜਿਹੜੇ ਨੇ ਉਹਨਾਂ ਨੂੰ ਬਿਲਟ ਕੀਤਾ ਜਾਵੇ ਤਾਂ ਕਿ ਉਹ ਛੋਟੇ ਲੈਵਲ ਤੋਂ ਹੀ ਬੜੇ ਸਟਰੋਂਗ ਹੋਣ, ਚੰਗੀ ਐਜੂਕੇਸ਼ਨ ਲੈਣ, ਅੱਗੇ ਜਾ ਕੇ ਹਰ ਕੰਪੀਟੀਸ਼ਨ 'ਚੋਂ ਜਿਹੜੇ ਨੇ ਸਫਲ ਹੋਣ ਬੱਚੇ। ਪੱਕਾ ਕਰ ਰਹੇ ਹਾਂ ਜੀ, ਕਰ ਰਹੇ, ਇਸੇ ਕਰਕੇ ਤਾਂ ਅਸੀਂ ਫੰਕਸ਼ਨ ਬਣਾ ਰਹੇ ਹਾਂ, ਇਸੇ ਕਰਕੇ ਤਾਂ ਅਸੀਂ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕੀਤੀਆਂ ਸਰਕਾਰੀ। ਸੋ ਅਸੀਂ ਵੀ ਕਰ ਰਹੇ ਹਾਂ, ਸਾਡੀ ਸਰਕਾਰ ਦੀ ਸੋਚ ਆ, ਸਾਡੇ CM ਸਾਹਿਬ ਦੀ ਸੋਚ ਆ ਕਿ ਜਿੰਨਾ ਚਿਰ ਸਾਡੇ ਸਟੇਟ ਦੀ ਐਜੂਕੇਸ਼ਨ ਬੱਚੇ ਸਾਡੇ ਐਜੂਕੇਸ਼ਨ ਕੁਆਲਿਟੀ ਐਜੂਕੇਸ਼ਨ ਨਹੀਂ ਬੱਚਿਆਂ ਨੂੰ, ਉਹਨਾਂ ਚਿਰ ਸਟੇਟ ਜਿਹੜੀ ਸਰਵਾਈਵ ਨਹੀਂ ਕਰ ਸਕਦੀ। ਸੋ ਸਾਡੇ ਪੰਜਾਬ ਦੇ ਬੱਚੇ ਤੁਹਾਨੂੰ ਪਤਾ 10 ਸਾਲਾਂ 'ਚ ਪਿੱਛੇ ਜਦੋਂ BJP ਅਕਾਲੀ ਦਲ ਦੀ ਸਰਕਾਰ ਸੀ, ਅੱਜ ਇਹ ਗੱਲਾਂ ਕਰਦੇ ਨੇ ਕਿੰਨਾ ਸਾਡਾ ਗ੍ਰਾਫ ਹੇਠਾਂ ਚੱਲ ਗਿਆ ਐਜੂਕੇਸ਼ਨ ਦਾ। ਸੋ ਕਿਉਂ ਜੇ ਰਿਜ਼ਲਟ ਸਾਡੇ ਆ ਰਹੇ ਸੀ, ਬੱਚਿਆਂ ਦੇ 25-30% ਰਿਜ਼ਲਟ ਆ ਰਹੇ ਸੀ, ਇਹ ਚੀਜ਼ ਨੂੰ CM ਸਾਹਿਬ ਨੇ, ਕਿਉਂਕਿ ਉਹਨਾਂ ਦੀ ਸੋਚ ਜਿਹੜੀ ਆ ਪੰਜਾਬ ਪ੍ਰਤੀ ਆ, ਐਜੂਕੇਸ਼ਨ ਪ੍ਰਤੀ ਆ। ਸੋ ਮੈਂ ਸਮਝਣਾ ਮੇਰੀ ਤਾਂ ਡਿਊਟੀ ਉਹਨਾਂ ਲਾਈ ਆ, ਅਸੀਂ ਮਿਹਨਤ ਕਰ ਰਹੇ ਹਾਂ, ਮੈਨੂੰ ਉਮੀਦ ਹੈ ਵੀ ਇਸ ਸਾਲ ਸਾਡੇ ਰਿਜ਼ਲਟ ਵੀ ਜਿਹੜੇ ਨੇ ਉਹ 100% ਆਉਣਗੇ। ਸੋ ਅੱਜ ਤਾਂ ਅਸੀਂ ਜਿਹੜਾ ਚਿਲਡਰਨ ਡੇ ਸੈਲੀਬ੍ਰੇਟ ਕਰ ਰਹੇ ਹਾਂ, ਸੋ ਮੈਂ ਬੱਚਿਆਂ ਦੇ ਵਿੱਚ ਜਾ ਰਿਹਾ। ਸੋ ਮੈਂ ਸਮਝਣਾ ਕਿ ਬੱਚੇ ਜਿਹੜੇ ਨੇ ਬੱਚਿਆਂ 'ਚ ਇੰਨਾ ਉਤਸ਼ਾਹ ਆ, ਬੱਚੇ ਜਿਹੜੇ ਨੇ ਅੱਜ ਦਿਨ ਸੈਲੀਬ੍ਰੇਟ ਕਰ ਰਹੇ ਨੇ। ਸੋ ਮੈਂ ਮੁਬਾਰਕਬਾਦ ਦਿੰਦਾ ਸਾਰੇ ਪੰਜਾਬ ਵਾਸੀਆਂ ਨੂੰ, ਸਾਰੇ ਬੱਚਿਆਂ ਨੂੰ, ਸਾਰੇ ਹਿੰਦੁਸਤਾਨ ਵਾਸੀਆਂ ਨੂੰ ਕਿ ਬੜਾ ਹੀ ਇਤਿਹਾਸਿਕ ਦਿਨ ਹੈ। ਵੇਖੋ ਅੱਜ ਤਾਂ ਅਸੀਂ ਚਿਲਡਰਨ ਡੇ ਸੈਲੀਬ੍ਰੇਟ ਕਰ ਰਹੇ ਹਾਂ, ਉਹਦੇ ਬਾਰੇ ਸਾਰਾ ਕੁਝ ਹੋ ਗਿਆ ਜੀ, ਉਹ ਮੈਂ ਪਹਿਲਾਂ ਦੱਸ ਚੁੱਕਿਆ ਜੀ, ਤੁਸੀਂ ਅਖਬਾਰਾਂ ਵੀ ਪੜ੍ਹ ਲਿਆ, ਤੁਸੀਂ ਸਾਰਾ ਕੁਝ ਮੀਡੀਆ 'ਚ ਵੇਖ ਲਿਆ, ਤੁਸੀਂ ਸਾਰਾ ਕੁਝ ਵੇਖ ਲਿਆ। ਦੱਸੋ ਮੈਂ ਜਿਹੜੀ ਤੁਹਾਨੂੰ ਪਤਾ ਆਪੇ ਲੱਗ ਜਾਣਾ ਜੀ, ਇੱਕ ਹਫ਼ਤੇ ਦਾ ਟਾਈਮ ਦਿੱਤਾ, ਇਨਕੁਆਇਰੀ ਮਾਰਕ ਕੀਤੀ ਹੈ। ਸੋ ਕਿਸ ਤਰ੍ਹਾਂ ਹੋਇਆ, ਕਿਉਂ ਹੋਇਆ, ਸੋ ਸਾਰਾ ਅਸੀਂ ਵੇਖ ਰਹੇ ਹਾਂ। ਉਹਨਾਂ ਦਾ ਛੱਡੋ ਤੁਸੀਂ ਜੀ, ਉਹਨਾਂ ਨੂੰ ਐਵੇਂ ਪੋਲੀਟੀਕਲ ਰੋਟੀਆਂ ਸੇਕਦੇ ਨੇ। ਸੋ ਬੱਚਿਆਂ ਦੀ ਐਜੂਕੇਸ਼ਨ 'ਤੇ ਕੋਈ, ਮੈਂ ਸਮਝਦਾ ਕਿਸੇ ਵੀ ਪਾਰਟੀ ਨੂੰ ਪੋਲੀਟੀਕਲ ਮੁੱਦਾ ਨਹੀਂ ਬਣਾਉਣਾ ਚਾਹੀਦਾ ਐਜੂਕੇਸ਼ਨ ਨੂੰ, ਇਹ ਬੱਚਿਆਂ ਦਾ ਸਵਾਲ ਹੈ, ਉਹਨਾਂ ਦਾ ਮੁੱਦਾ ਹੀ ਹੋਰ ਕੋਈ ਨਹੀਂ। ਕੋਈ ਨਹੀਂ ਮੇਰੇ ਲਈ।